ਅੱਪਾ ਮੇਰੀ ਮਿਹਨਤ ਲੱਗੀ ਏ ਸਾਡਾ ਅੱਪਾ ਮੇਰੀ ਕੋਸ਼ਿਸ਼ ਲਈ ਏ ਮੈਂ ਕਿਹਾ ਲਾਹੌਰ ਵਾਲਿਓ ਨਾ ਨਾ ਹਏ ਇੱਕ ਵਾਰੀ ਬਾਪ ਦੁਖੀ ਹੋ ਰਾਏ ਹੈ ਮੈਂ ਬੜੀਆਂ ਫੈਕਟਰੀਆਂ ਵੇਚਦੀਆਂ ਮੈਂ ਵੇਖੀਆਂ ਨੇ ਬਾਬਾ ਜੀ ਗੱਡੀਆਂ ਵੇਚਦੀਆਂ ਮੈਂ ਵੇਖੀਆਂ ਨੇ ਜਿਹਨੇ ਪਿਓ ਨੂੰ ਦਾਬਾ ਮਾਰਿਆ ਅੱਲਾ ਦਾ ਬੁਰਹਾਨ ਕਹਿ ਰਿਹਾ ਵੇ ਰੱਬੀ ਰਹਿਮ ਹਮਾ ਸਾਰੇ ਮਜਮੇ ਅੰਦਰ ਸੁਲਤਾਨੀ ਅਰਜ਼ ਕਰ ਰਿਹਾ ਹੈ ਅੱਲਾ ਦਾ ਕੁਰਾਨ ਕਹਿ ਰਿਹਾ ਮੰਗ ਦੁਆ ਯਾ ਅੱਲਾ ਕਿਵੇਂ ਮੰਗੀਏ ਫਰਮਾਇਆ ਕਹਿ ਰੱਬੀ ਰਹਿਮ ਹਮਾ ਸਾਰਾ ਮਜਮਾ ਜੁਮਲੇ ਸੁਣਿਓ ਜੇ ਰੱਬੀ ਰਹਿਮ ਹਮਾ ਚੌਧਰੀ ਸਾਹਿਬ ਅੱਲਾ ਦੀ ਕਸਮ ਜਿਹੜਾ ਮਾਂ ਪਿਓ ਵਾਸਤੇ ਦੁਆ ਕਰੇ ਛੇੜਾ ਅੱਬੇ ਵਾਸਤੇ ਦੁਆ ਕਰੇ ਛੇੜਾ ਮਾਂ ਵਾਸਤੇ ਦੁਆ ਕਰੇ ਮੇਰੇ ਨਬੀ ਨੇ ਫਰਮਾਇਆ ਅੱਲਾ ਉਹਦੇ ਰਿਜ਼ਕ ਵਿੱਚ ਕਮੀ ਨਹੀਂ ਹੋਣ ਦੇਵੇਗਾ ਅੱਲਾ ਉਹਦੇ ਮਾਲ ਵਿੱਚ ਕਮੀ ਨਹੀਂ ਹੋਣ ਦੇਵੇਗਾ ਹਲਲ ਇਲਾਨ ਕਹਿ ਰਿਹਾ ਹਾਜੀ ਬਾਪ ਦੇ ਪੈਰ ਚੁੰਮ ਲਿਆ ਰੇ ਹਾਜੀ ਬਾਪ ਦੇ ਹੱਥ ਚੁੰਮ ਲਿਆ ਰੇ ਹਾਜੀ ਬਾਪ ਦੀ ਦਾੜੀ ਚੁੰਮ ਲਿਆ ਰੇ ਅੱਲਾ ਦਾ ਕੁਰਾਨ ਕਹਿ ਰਿਹਾ ਇਹਨਾਂ ਵਾਸਤੇ ਦੁਆਵਾਂ ਮੰਗਣੀਆਂ ਨੇ ਇਹਨਾਂ ਵਾਸਤੇ ਖੈਰਾਂ ਮੰਗਣੀਆਂ ਨੇ ਸਾਰੇ ਮਜਮੇ ਦੇ ਸਾਹਮਣੇ ਕਹਿ ਰਿਹਾ ਹੈ ਜਿਨੇ ਮਾਂ ਨੂੰ ਸਤਾਇਆ ਹੈ ਦਿਲ ਪਿਓ ਦਾ ਦੁਖਾਇਆ ਇੱਧਰ ਮੇਰੇ ਵੱਲ ਵੇਖ ਰਹੀ ਹੁਣ ਤੇਰੇ ਮਜਮੇ ਦੀ ਅੱਖ ਨਾ ਮਨਾਇਓਈ ਤੇ ਜੁਰਮਦਾਰ ਹੈ ਜਿਨੇ ਮਾਂ ਨੂੰ ਸਤਾਇਆ ਬੜਾ ਵੱਡਾ ਡੇਰਾ ਬਣ ਜਾਏ ਹੈ ਬੜੀਆਂ ਵੱਡੀਆਂ ਗੱਡੀਆਂ ਬਣ ਜਾਣ ਹੈ ਬੜੀਆਂ ਵੱਡੀਆਂ ਕਲੋਨੀਆਂ ਬਣਾ ਲੈ ਜੇ ਬਾਪ ਰਾਜ਼ੀ ਨਹੀਂ ਕਰ ਸਕਿਆ ਜੇ ਮਾਂ ਰਾਜ਼ੀ ਨਹੀਂ ਕਰ ਸਕਿਆ ਇਹਨਾਂ ਚੀਜ਼ਾਂ ਨਾਲ ਇੱਜ਼ਤ ਨਹੀਂ ਬਣਨੀ ਇਹਨਾਂ ਚੀਜ਼ਾਂ ਨਾਲ ਮਕਾਮ ਨਹੀਂ ਬਣਨਾ ਤੁਸੀਂ ਮੈਨੂੰ ਆਖੋਗੇ ਸੁਲਤਾਨੀ ਸਾਹਿਬ ਮਕਾਮ ਕਿਵੇਂ ਬਣਨਾ ਹੈ ਹਾਂ ਮੈਂ ਤੈਨੂੰ ਦੱਸਣਾ ਮਕਾਮ ਚਾਹੀਦਾ ਈ ਤੇ ਆ ਦਾਤਾ ਅਲੀ ਹਜਵੇਰੀ ਨੂੰ ਪੁੱਛ ਲੈ ਅਗਰ ਮਕਾਮ ਚਾਹੀਦਾ ਈ ਹਾਂ ਮੈਂ ਤੈਨੂੰ ਪਾਗ ਪਤਨ ਲੈ ਜਾਣਾ ਉੱਥੇ ਬਾਬਾ ਫਰੀਦ ਗੰਜੇ ਸ਼ਕਰ ਵਸਦਾ ਏ ਹਾਂ ਮੈਂ ਤੈਨੂੰ ਖਾਜਾ ਮੋਇਨੁਦੀਨ ਲੈ ਜਾਣਾ ਜਿਸ ਵਲੀ ਦੇ ਮਜ਼ਾਰ ਤੇ ਜਾਏਗਾ ਇੱਕੋ ਹੀ ਆਵਾਜ਼ ਆਏਗੀ ਅਗਰ ਵਲੀ ਵੀ ਬਣਦੇ ਨੇ ਤੇ ਮਾਂ ਤੇ ਪਿਓ ਦੀਆਂ ਦੁਆਵਾਂ ਨਾਲ ਬਣਦੇ ਜ਼ਿੰਦਾ ਇੱਕ ਵਾਰੀ ਹੱਥ ਸੱਜਾ ਚੁੱਕੋ ਹਾਂ ਚੌਧਰੀ ਸਾਹਿਬ ਦੇ ਵਾਲ ਸਾਹਿਬ ਵਾਸਤੇ ਤੇ ਇੱਕ ਵਾਰੀ ਆਖੋ ਹਾਂ ਸੁਭਾਨ ਅੱਲਾ ਹਾਏ ਹਾਏ ਹਾਲ ਕਿੰਨਾ ਸੁਭਾਨ ਅੱਲਾ ਕਿਹਾ ਗਿਆ ਇਹ ਇੱਕ ਬੰਦਾ ਨਹੀਂ ਬੈਠਾ ਇਹ ਜ਼ਰਾ ਗੌਰ ਕਰੋ ਇਸ ਜੁਮਲੇ ਤੇ ਇੱਕ ਬੰਦਾ ਨਹੀਂ ਬੈਠਾ ਇੰਨਾ ਮਜਮਾ ਬੈਠਾ ਤੁਸਾਂ ਮੇਰੇ ਵਾਸਤੇ ਨਹੀਂ ਆਖਿਆ ਤੁਸਾਂ ਅਲਾਮਾ ਸਾਹਿਬ ਵਾਸਤੇ ਨਹੀਂ ਆਖਿਆ ਸਾਹਿਬ ਵਾਸਤੇ ਨਹੀਂ ਆਖਿਆ ਭਾਈ ਨਹੀਂ ਵਾਸਤੇ ਨਹੀਂ ਆਖਿਆ ਤੁਸੀਂ ਇਹਨਾਂ ਦੇ ਵਾਲ ਸਾਹਿਬ ਦੇ ਸਾਲੇ ਸਵਾਬ ਵਾਸਤੇ ਆਖਿਆ ਸੁਭਾਨ ਅੱਲਾ ਫਿਰ ਇੱਕ ਵਾਰੀ ਉਹ ਐਂਡ ਤੱਕ ਜਿੱਥੇ ਕੁਰਸੀ ਤੇ ਬੈਠੇ ਹੋ ਥੱਲੇ ਬੈਠੇ ਹੋ ਇੱਕ ਵਾਰੀ ਹੱਥ ਚੁੱਕ ਕੇ ਬੋਲਿਆ ਜੇ ਸੁਭਾਨ ਅੱਲਾ ਮੈਂ ਕਿਹਾ ਰੱਬਾ ਸੋਹਣੀਆਂ ਅੱਜ ਨਹੀਂ ਦੇ ਡੇਰੇ ਤੇ ਬੈਠੇ ਹੋਇਆ ਹਲਲ ਇਲਾਨ ਕਹਿ ਰਿਹਾ ਇਹਨਾਂ ਨੇ ਸੁਭਾਨ ਅੱਲਾ ਆਖੀਆ ਜਿਹਦੀ ਸੁਭਾਨ ਅੱਲਾ ਤੇਰੀ ਪਾਗ ਬਾਰਗਾਹ ਵਿੱਚ ਕਬੂਲ ਉਹਦਾ ਸਵਾਬ ਬਜ਼ੁਰਗਾਂ ਦੀ ਕਬਰ ਵਿੱਚ ਦੇ ਛੱਡੀ ਅੱਜ ਬਜ਼ੁਰਗਾਂ ਦੀ ਰੂਹ ਵੀ ਰਾਜ਼ੀ ਹੋ ਰਹੀ ਅੱਜ ਸਾਰੇ ਆ ਕੇ ਮੇਰੀ ਬਖਸ਼ਿਸ਼ ਮੰਗਦੇ ਪਏ ਨੇ ਅੱਜ ਸਾਰੇ ਆ ਕੇ ਮੇਰੀ ਸਿਫਾਰਿਸ਼ ਵੀ ਕਰਦੇ ਨੇ ਲਾਹੌਰ ਵਾਲਿਆ ਮੈਨੂੰ ਇਮਾਨਦਾਰੀ ਨਾ ਦੱਸਿਆ ਰੇ ਅਗਰ ਕਿਸੇ ਦੇ ਵਿਹੜੇ ਤੇ ਹੋਏ 20 ਬੰਦਿਆਂ ਦੀ ਪਰਾ ਡੁਰ ਜਾਏ ਇੱਧਰ ਸੁਣੀ ਗੱਲ ਬੜੀ ਜ਼ਰੂਰੀ ਆ ਅਗਰ 20 ਬੰਦੇ ਪਰਿਆ ਬਣਾ ਕੇ ਹੋਏ ਵਾਈਸ ਚੇਅਰਮੈਨ ਨੂੰ ਨਾਲ ਲੈ ਗਏ ਹੋਏ ਲੜਾਈ ਦੇ ਮੁਕੱਦਮੇ 'ਚ ਕਿਸੇ ਦੇ ਵਿਹੜੇ ਡੁਰ ਜਾਣ ਅਗਲੇ ਦਾ ਦਰਵਾਜ਼ਾ ਖੜਕਾਣ ਅਗਲਾ ਦਰਵਾਜ਼ਾ ਨਾ ਖੋਲੇ ਆਖੇ ਤੇਰੇ ਬੂਹੇ ਤੇ ਦਾੜੀ ਵਾਲੇ ਆਏ ਨੇ ਤੇਰੇ ਬੂਹੇ ਤੇ ਵਾਈਸ ਚੇਅਰਮੈਨ ਆਇਆ ਏ ਹਜ਼ਰਾ ਜੁਮਲੇ ਜ਼ਾਇਆ ਨਾ ਕਰਿਆ ਰੇ ਉਹਨੇ ਦਰਵਾਜ਼ਾ ਖੋਲ ਕੇ ਆਪਣੇ ਚੌਧਰੀ ਨਈਮ ਸਾਹਿਬ ਅੱਲਾ ਦੀ ਕਸਮ ਮੈਂ ਕਦੀ ਬੰਦਿਆਂ ਨੂੰ ਅੰਦਰ ਨਾ ਬਿਠਾਉਂਦਾ ਮੈਂ ਕਦੀ ਬੰਦਿਆਂ ਨੂੰ ਗੱਲ ਨਾ ਸੁਣਦਾ ਅੱਜ ਤੁਸੀਂ ਮੇਰੇ ਬੂਹੇ ਤੇ ਆਇਓ ਅੱਜ ਤੁਸੀਂ ਮੇਰੇ ਦਰਵਾਜ਼ੇ ਤੇ ਆਇਓ ਹੈ ਮੈਨੂੰ ਇਮਾਨਦਾਰੀ ਨਾ ਦੱਸਿਆ ਜੇ ਹੈ ਚੌਧਰੀ ਸਾਹਿਬ ਹੈ ਕਿਸੇ ਦੇ ਬੂਹੇ ਤੇ ਕਿਸੇ ਦਾ ਚਾਚਾ ਟੁਰ ਜਾਏ ਕਿਸੇ ਦੇ ਬੂਹੇ ਤੇ ਵਾਈਸ ਚੇਅਰਮੈਨ ਟੁਰ ਜਾਏ ਕਿਸੇ ਦੇ ਬੂਹੇ ਤੇ ਐਮਐਨਏ ਟੁਰ ਜਾਏ ਕਿਸੇ ਆ ਗੱਲ ਸੁੱਟੀ ਨਾ ਜ਼ਰਾ ਜਿਮਲੇ ਸੁਣੀ ਹੈ ਕਿਸੇ ਦੇ ਬੂਹੇ ਤੇ ਐਮਪੀਏ ਟੁਰ ਜਾਏ ਹੈ ਲੋਕੀ ਚਿਹਰੇ ਦਾ ਹਯਾ ਕਰਦੇ ਨੇ ਜਿਮਲੇ ਸੁਣੀ ਯਾਰ
ਲੋਕੀ ਬੰਦੇ ਦਾ ਹਯਾ ਕਰਦੇ ਨੇ, ਲੋਕੀ ਚਿੱਟੀ ਤਾੜੀ ਦਾ ਹਯਾ ਕਰਦੇ ਨੇ, ਲੋਕੀ ਉਮਰ ਦਾ ਹਯਾ ਕਰਦੇ ਨੇ, ਲੋਕੀ ਆਂਦੇ ਚਾਚਾ ਅਗਰ ਤੂੰ ਨਾ ਆਉਂਦਾ ਅਸੀਂ ਕਦੀ ਵੀ ਸੁਲਾ ਨਾ ਕਰਦੇ, ਅਸੀਂ ਕਦੀ ਵੀ ਪਰਿਆ ਦੀ ਗੱਲ ਨਾ ਸੁਣਦੇ। ਹੈ ਲੋਕੀ ਚਾਚੀਆਂ ਦੀ ਹਯਾ ਕਰ ਲੈਂਦੇ ਨੇ, ਹੈ ਲੋਕੀ ਤਾਇਆਂ ਦੀ ਹਯਾ ਕਰ ਲੈਂਦੇ ਨੇ, ਹੈ ਲੋਕੀ ਚੇਅਰਮੈਨਾਂ ਦੀ ਹਯਾ ਕਰ ਲੈਂਦੇ ਨੇ। ਹੋਏ ਲਾਹੌਰ ਵਾਲਿਆ ਹੈ ਕੀ ਸਮਝਣਾ ਏ, ਜੁਮਲਾ ਸੁਣ ਕੇ ਬੋਲਣਾ ਹੀ ਸੁਭਾਨ ਅੱਲਾਹ। ਕਿਸੇ ਬੰਦੇ ਦੇ ਬੂਹੇ ਤੇ 10 ਬੰਦੇ ਚਲੇ ਜਾਣ, ਬੰਦਾ ਉਹਨਾਂ ਦੀ ਹਯਾ ਕਰਕੇ ਸੁਲਾ ਕਰ ਲੈਂਦਾ ਹੈ ਕਿ ਜੇ ਰੱਬ ਦੇ ਬੂਹੇ ਤੇ ਇੰਨੇ ਆ ਜਾਣ ਤੇ ਰੱਬ